ਦੋਸਤੋ ਪੰਜਾਬ ਵਿੱਚ ਇੱਕ ਹੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਗਿਆ ਜੀ। ਕਿਵੇਂ ਤੁਸੀਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਏਜ ਕੀ ਹੋਵੇਗੀ, ਕੁਆਲੀਫਿਕੇਸ਼ਨ ਕੀ ਹੋਵੇਗੀ, ਬਹੁਤ ਹੀ ਬਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜੇਕਰ ਦੋਸਤੋ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਹਰ ਇੱਕ ਸਰਕਾਰੀ ਨੌਕਰੀ ਜਾਣਕਾਰੀ ਜੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹੈ ਸਭ ਤੋਂ ਪਹਿਲਾਂ ਪਾਉਣ ਲਈ। ਚਲੋ ਦੋਸਤੋ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ ਅੱਜ ਦਾ ਨੋਟੀਫਿਕੇਸ਼ਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਤਾ ਗਿਆ ਜੀ। ਪੋਸਟਾਂ ਦੀ ਗੱਲ ਕਰੀਏ ਜੀ, 17 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਪੋਸਟ ਨੇਮ ਹੈ ਜੀ ਫੰਕਸ਼ਨਲ ਮੈਨੇਜਰ ਦੀਆਂ ਪੋਸਟਾਂ ਨੇ ਜੀ। ਪੋਸਟਾਂ ਨੂੰ ਕੈਟਾਗਰੀ ਵਾਈਜ਼ ਡਿਵਾਈਡ ਕੀਤਾ ਗਿਆ ਜੀ, ਤੁਸੀਂ ਦੇਖ ਸਕਦੇ ਹੋ ਜੀ। ਪੇ ਸਕੇਲ ਦੀ ਗੱਲ ਕਰੀਏ ਜੀ, 10,300 ਰੁਪਏ ਤੋਂ ਲੈ ਕੇ 34,800 ਰੁਪਇਆ, 5,000 ਰੁਪਇਆ ਗ੍ਰੇਡ ਪੇ ਦਿੱਤੀ ਜਾਵੇਗੀ। ਬਹੁਤ ਹੀ ਵਧੀਆ ਸੈਲਰੀ ਹੈ, ਅਪਲਾਈ ਜ਼ਰੂਰ ਕਰਿਓ ਜੀ। ਇਹ ਮੈਂ ਜੀ ਫੰਕਸ਼ਨਲ ਮੈਨੇਜਰ ਦੀ ਪੋਸਟ ਹੈ ਜੀ। ਕੁਆਲੀਫਿਕੇਸ਼ਨ ਹੈ ਜੀ ਡਿਗਰੀ ਇਨ ਐਨੀ ਆਫ ਇੰਜੀਨੀਅਰਿੰਗ ਇਨ ਐਨੀ ਡਿਸਪਲਿਨ ਆਫ ਟੈਕਸਟਾਈਲ ਟੈਕਨੋਲੋਜੀ ਵਿੱਚ ਤੁਸੀਂ ਕੰਪਲੀਟ ਕੀਤੀ ਹੈ, ਜਾਂ ਫਿਰ ਡਿਪਲੋਮਾ ਇਨ ਐਨੀ ਡਿਸਪਲਿਨ ਬ੍ਰਾਂਚ ਆਫ ਇੰਜੀਨੀਅਰਿੰਗ ਐਨੀ ਬ੍ਰਾਂਚ ਆਫ ਟੈਕਸਟਾਈਲ ਟੈਕਨੋਲੋਜੀ ਵਿੱਚ ਤੁਸੀਂ ਕੰਪਲੀਟ ਕੀਤੀ ਹੈ। ਐਕਸਪੀਰੀਅੰਸ ਆ ਤੁਹਾਡੇ ਕੋਲ ਵਰਕਿੰਗ ਦਾ ਗੌਰਮੈਂਟ ਡਿਪਾਰਟਮੈਂਟ ਪਬਲਿਕ ਸੈਕਟਰ ਦਾ 5 ਸਾਲ ਦਾ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਦੋਸਤੋ ਏਜ ਲਿਮਿਟ ਦੀ ਗੱਲ ਕਰੀਏ ਜੀ, 18 ਤੋਂ ਲੈ ਕੇ 37 ਸਾਲ ਤੁਹਾਡੀ ਏਜ ਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਏਜ ਰਿਲੈਕਸੇਸ਼ਨ ਦਿੱਤਾ ਜਾਏਗਾ ਡਿਪਾਰਟਮੈਂਟ ਰੂਲ ਦੇ ਅਨੁਸਾਰ। ਦੋਸਤੋ ਤੁਹਾਡਾ ਇੱਕ ਇਗਜ਼ਾਮ ਹੋਵੇਗਾ ਜਿਹਦੀ ਜਾਣਕਾਰੀ ਇਹਨਾਂ ਦੀ ਆਫਿਸ਼ਲੀ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਜਾਵੇਗੀ, ਉਸੇ ਹਿਸਾਬ ਨਾਲ ਤੁਸੀਂ ਆਪਣਾ ਇਗਜ਼ਾਮ ਵਿੱਚ ਪਹੁੰਚ ਜਾਣਾ ਜੀ। ਉਹਦੀ ਤਿਆਰੀ ਕਰਨਾ ਸਟਾਰਟ ਕਰ ਦਿਓ ਜੀ। ਜੋ ਕੈਂਡੀਡੇਟਸ ਅਪਲਾਈ ਕਰਨਾ ਚਾਹੁੰਦੇ ਨੇ ਜੀ, ਜੋ ਐਲੀਜੀਬਲ ਨੇ ਇਹਨਾਂ ਪੋਸਟਾਂ ਲਈ, ਤਾਂ ਇਹਨਾਂ ਦੀ ਆਫਿਸ਼ਲੀ ਵੈਬਸਾਈਟ 'ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਅਪਲਾਈ ਜੋ ਤੁਸੀਂ ਕਰਨਾ ਜੀ ਔਨਲਾਈਨ ਅਪਲਾਈ ਕਰਨਾ ਜੀ। ਲਾਸਟ ਡੇਟ ਆ ਜੀ ਅਪਲਾਈ ਕਰਨ ਦੀ 27/3/2020 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਫੀਸ ਪੇਮੈਂਟ ਕਰਨ ਦੀ ਲਾਸਟ ਡੇਟ ਆ ਜੀ 7/4/2020 ਤੱਕ ਤੁਸੀਂ ਐਪਲੀਕੇਸ਼ਨ ਫੀਸ ਪੇਮੈਂਟ ਕਰ ਸਕਦੇ ਹੋ ਜੀ। ਉਮੀਦ ਕਰਦਾ ਹਾਂ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਨਾਲ।